कुड़ी मम्मी पर आओ बहु बहु गाल करो तो ही मिलना नहीं अंकल करो गाल अंकल बहु बहु कोई नहीं मैं कड़क थी बैल नहीं खोना अंकल मेरा मैं बैल नहीं खोना बह जाओ डी फाइव चैनल पंजाबी देख रहे दर्शकों नूं प्यार भरी सत श्री अकाल मैं हाँ विजय कुमार जिस तरह कि थोड़े दिन वीडियो एक वायरल हुई वीडियो दे विच देखिया गया कि एक लड़की जिहड़ी कि एक वीडियो बना रही सी तां वीडियो बनाउंदे विच इह देखण नूं मिलिया कि एक दूसरे नाल काफ़ी बहसबाजी हुई नहीं अंकल ने अपने नाल गल करनी ना खड़ो नहीं अंकल पाओ नहीं अंकल पाओ पाओ तुम पाओ 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 तुम पाओ अंकल पाओ नहीं अंकल पाओ बहो तुम नहीं 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 तुम बहो ताड़ी जगह ना तुम बहो बहो मोबाइल नहीं खोना अंकल मेरा मोबाइल नहीं खोना बह जाओ ताड़ी जगह तुम जानते क्यों पे बहो करो गल मेरे नाल करो गल गुड़िया मम्मी पर आओ बहो अंकल बहो करो गल मेरे नाल की किन्ने किन्ना देना तुम मैनू पैसे बहो आप गल करते हैं बह के फट बुझा के कुर्सी अंदरों फट बहो करो गल अंकल बहु बहु कोई नहीं मैं कड़क थी नहीं रे मम्मी बोली ना कोई नहीं आपा मातड़ बंदे आपा नूं कोई टेंशन नहीं हैगी बहु अंकल चल पूजा बह के बैड ते बना वीडियो अंकल ने मेरे नाल गल करनी हमेशा गल करन आंदे आ बह पूजा बह इत्थे बना वीडियो बहु अंकल बहु नहीं अंकल बहु 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 गल करो तुसीं मेरे नाल मेरा नाम आरती गोंदवाल बाईपास फाटक लागे मालक कोई आंदा नहीं कदी केड़ा आ जांदा कदी केड़ा आ जांदा आ ते हानू ते धमकियां ही देंदे रहे आ जदों दी आ मैं वीडियो बनाई आ उदों दे शांत बैठे नहीं ते इन्ना जिना हराम करता सी 2 तरीक तो ये काम स्टार्ट होया 2 तरीक तो इन्हां ने मेरा इन्ना जिना हराम किया सी ना कि मैं तुम दस नहीं सकती मैं सारियां नूं दस्सिया मैं जे मेरे नाल ज़्यादा उरे पुरो करोगे मैं अपने आप नूं पेट्रोल पा के अग ला लैनी है तो फिर तुम बना लियो तो सानू कहिंदे 4 लाख रुपया लै लो कभी 3 लाख रुपया लै लो वध तो वध इदा करते रहे तो असीं कहा सानू जहर ला के जहर दे दो तो चार जिहड़ा तीन तुसीं इन्ने पैसे देंदे पए हो वह कोठे ते पा के मतलब कि डबल स्टोरी पा लियो तो मैनू कहिंदा तुसीं बोलदे ज़्यादा हो मैं जे तुसीं अपने आई च आए तो फिर मैं भी अपने आई च आ सकदी हाँ ਇਹ ਸਾਡੇ ਘਰ ਵਨ ਸਵੰਨੇ ਕੋਈ ਨਾ ਕੋਈ ਆਉਂਦਾ ਰਿਹਾ ਮੈਂ ਸਾਰੇ ਬੰਦੇ ਤੁਹਾਨੂੰ ਪ੍ਰੂਫ ਵਿਖਾ ਸਕਦੀ ਹਾਂ ਜਿਹੜਾ ਬੰਦਾ ਭੇਜਦਾ ਰਿਹਾ ਜਿਹੜਾ ਕਿ ਉਹਨੂੰ ਭੇਜਦਾ ਰਿਹਾ ਜਿੱਥੇ ਜਿੱਥੇ ਸਾਰੇ ਮੈਂ ਵਿਖਾ ਸਕਦੀ ਹਾਂ ਇਹ ਜਿਹੜੀ ਵੀਡੀਓ ਬਣਾਈ ਕੌਣ ਹੈ ਇਹ ਕਲਵੰਤ ਸਿੰਘ ਆ ਇਹ ਮਤਲਬ ਕਿ ਹੈਗੇ ਕੋਈ ਮਤਲਬ ਇੰਨਾ ਨਹੀਂ ਮੈਨੂੰ ਪਤਾ ਆ ਇਹ ਆਉਂਦੇ ਜਾਂਦੇ ਆ ਕਿ ਮੈਂ ਇਹਨਾਂ ਨੂੰ ਕਿਹਾ ਕਿ ਕਿਸੇ ਨੇ ਮੈਨੂੰ ਕਿਹਾ ਕਿ ਮਤਲਬ ਕਿ ਜਿਹੜੇ ਮਾਲਕ ਆ ਉਹ ਬਹੁਤ ਹੀ ਚੰਗੇ ਆ ਮੈਂ ਕਿਹਾ ਤੁਸੀਂ ਸਾਡੇ ਘਰ ਡਾਇਰੈਕਟ ਭੇਜੋ ਇਹ ਮੇਰੇ ਕੋਲ ਸਟੇ ਆਰਡਰ ਵੀ ਖੋ ਕੇ ਲੈ ਗਿਆ ਸੀ ਅਤੇ ਇੱਕ ਮੇਰੇ ਕੋਲ ਕੀ ਕਹਿੰਦੇ ਆ ਮੇਰੇ ਜ਼ਬਰਦਸਤੀ ਵੀ ਕੀਤੀ ਇਹਨਾਂ ਨੇ ਮਤਲਬ ਕਿ ਸਾਡੇ ਗਲੇ ਪਏ ਆ ਅਤੇ ਫਿਰ ਮਤਲਬ ਕਿ ਮੇਰਾ ਮੋਬਾਈਲ ਵੀ ਖੋਣ ਦਾ ਕੋਸ਼ਿਸ਼ ਕੀਤਾ ਆ ਇਹ ਜਗ੍ਹਾ ਕਿਹੜੀ ਹੈ ਸਰਕਾਰੀ ਹੈ ਕੀ ਹੈ ਹਾਂਜੀ ਇਹ ਬਲਾਕ ਦੀ ਜਗ੍ਹਾ ਆ ਬਲਾਕ ਦੀ ਜਗ੍ਹਾ ਹਾਂਜੀ ਸਰਕਾਰੀ ਜਗ੍ਹਾ ਹੈ ਹਾਂਜੀ ਸਰਕਾਰੀ ਆ ਸਾਨੂੰ ਉਹ ਚੱਲੇ ਆ ਮੇਰੇ ਮੰਮਾ ਪਾਪਾ ਵੇਖੋ ਇੰਨੇ ਚਿਰ ਦੇ ਹੋ ਗਏ ਆ ਮੇਰੇ ਮੰਮਾ ਦੇ ਪੇਕੇ ਆ ਵਾਲੇ ਆ ਠੀਕ ਹੈ ਤਾਂ ਗਾੜੀ ਅਸੀਂ ਵੀ ਹੈਗੇ ਇੱਥੋਂ ਦੇ ਮੇਰੀ ਮੰਮਾ ਨੂੰ ਹੋ ਚੱਲੇ ਆ 60-65 ਸਾਲ ਦੇ ਹੋ ਗਏ ਆ ਗਾੜੀ ਅਸੀਂ ਆ ਬ੍ਰਦਰ ਦੇ ਵਿਆਹ ਹੋਏ ਵੋ ਉਹਨਾਂ ਦੇ ਬੱਚੇ ਹੋ ਗਏ ਇੱਥੇ ਹਾਂਜੀ ਇਹ 2 ਨੰਬਰ ਦੇ ਹੀ ਕੰਮ ਆ ਸੁਣਵਾਈ ਤਾਂ ਚੱਲ ਹੁਣ ਹੋ ਰਹੀ ਹੈ ਪਹਿਲਾਂ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਸੀ ਕਿਉਂਕਿ ਇੱਥੇ ਮਤਲਬ ਕਿ ਸਾਨੂੰ ਧਮਕੀਆਂ ਟਕੇ ਟਕੇ ਦਿੰਦੇ ਸੀ ਸਾਨੂੰ ਕਹਿੰਦੇ ਸੀ ਤੁਹਾਡਾ JCB ਨਾਲ ਸਾਰਾ ਘਰ ਢਾ ਦੇਣਾ ਫਲਾਨ ਕਰ ਦੇਣਾ ਉਹ ਕਰ ਦੇਣਾ ਆ ਇਹਨਾਂ ਨੇ ਮੈਨੂੰ 2-3 ਦਿਨ ਇੰਨਾ ਰਵਾਇਆ ਮੇਰਾ ਬਲੱਡ ਇਸੇ ਟੈਨਸ਼ਨ ਨਾਲ ਘਟੀ ਜਾਂਦਾ ਸੀ ਜਿਨ੍ਹਾਂ ਦੀ ਵੀਡੀਓ ਬਣੀ ਸੀ ਤੇ ਉਹ ਤੁਸੀਂ ਦੇਖ ਸਕਦੇ ਜੋ ਕਿ ਜਿਹੜੇ ਬੈਠੇ ਨੇ ਸਾਹਮਣੇ ਉਹਨਾਂ ਦੀ ਵੀਡੀਓ ਨੂੰ ਬਣਾਇਆ ਗਿਆ ਹਾਲਾਂਕਿ ਇਹ ਉਹਨਾਂ ਦੇ ਘਰ ਸਿਰਫ ਉਹਨਾਂ ਨੂੰ ਮਿਲਣ ਵਾਸਤੇ ਗਏ ਇੱਕ ਬੱਚਿਆਂ ਵਾਲੇ ਨੇ ਪਰਿਵਾਰ ਵਾਲੇ ਨੇ ਔਰ ਇੱਕ ਹਮਦਰਦੀ ਜਿਹੜੀ ਦਿਖਾਉਣੀ ਸੀ ਹਮਦਰਦੀ ਵਾਸਤੇ ਗਿਆ ਸੀ ਕਿ ਜੋ ਮਾਲਕ ਨੇ ਮਾਲਕਾਂ ਵੱਲੋਂ ਸਿਰਫ ਇਸੇ ਚੀਜ਼ ਦਾ ਕਿ ਇਹ ਸਾਡੇ ਨਾਲ ਗਲਤ ਕਰ ਰਹੀ ਹੈ ਅਤੇ ਉਹਨਾਂ ਨਾਲ ਵੀ ਵੀਡੀਓ ਉਹਨਾਂ ਦੀ ਬਣਾਈ ਗਈ ਉਹ ਜੀ ਜਿਹੜਾ ਜਗ੍ਹਾ ਖਰੀਦੀ ਗਈ ਸੀ ਸਾਡੇ ਭੂਆ ਜੀ ਦਾ ਲੜਕਾ ਬਲਵਿੰਦਰ ਸਿੰਘ ਨਸ਼ਹਿਰਾ ਪੁੰਦਰੋਂ ਤੋਂ ਆ ਜੀ ਉਸਨੇ ਲੜਕਾ ਇਹ ਜਗ੍ਹਾ ਖਰੀਦੀ ਆ ਉਸ ਦੇ ਲਾਗੇ ਦਵਿੰਦਰ ਸਿੰਘ ਰਹਿੰਦਾ ਵਾ ਉਹ ਜਿਹੜੀ ਆ ਲੜਕੀ ਆ ਜਿਹੜੀ ਆ ਗੱਲ ਕਰ ਰਹੀ ਆ ਉਹਦੇ ਘਰ ਕੰਮ ਕਰਦੀ ਦਵਿੰਦਰ ਸਿੰਘ ਦਵਿੰਦਰ ਦੇ ਮੈਨੂੰ ਦੱਸਿਆ ਕਿ ਉਹ ਪੈਸੇ ਮੰਗਦੀ ਆ ਮੈਂ ਕਿਹਾ ਜੀ ਉਹ ਬਲਵਿੰਦਰ ਨੇ ਤਾਂ ਆਪਣੀ ਸਹੀ ਜਗ੍ਹਾ ਲਈ ਉਹ ਪੈਸੇ ਕਾਹਦੇ ਮੰਗਦੀ ਆ
ਮੈਨੂੰ ਉਹਨੇ ਲੜਕੀ ਨੇ ਸੱਦਿਆ, ਦਵਿੰਦਰ ਨੇ ਗੱਲ ਕੀਤੀ ਸਾਰਿਆਂ ਨੇ, ਇਹਨੇ ਪਲਵਿੰਦਰ ਸਿੰਘ ਨੇ ਕਿਹਾ ਤੁਸੀਂ ਜਾ ਕੇ ਪੁੱਛੋ ਕਿਉਂ ਪਰੇਸ਼ਾਨ ਕਰਦੀ ਆ। ਜਦੋਂ ਮੈਂ ਗਿਆ ਤਾਂ ਮੈਂ ਤਾਂ ਜਾ ਕੇ ਉੱਥੇ ਹੈਰਾਨ ਰਹਿ ਗਿਆ ਜੀ। ਹੈਰਾਨੀ ਵਾਲੀ ਗੱਲ ਇਹ ਕਿ ਉਹ ਦੋ ਮੰਜੇ ਦੀ ਜਗ੍ਹਾ ਵਾ, ਦੋ ਮੰਜੇ ਜਗ੍ਹਾ ਵਾ, ਦਵਿੰਦਰ ਦੇ ਘਰੋਂ 3000 ਉਹ ਤਨਖਾਹ ਲੈ ਰਹੀ ਆ, 5 ਉੱਥੇ ਕੈਮਰੇ ਲੱਗੇ ਆ ਜੀ। ਮੈਨੂੰ ਤਾਂ ਜਾ ਕੇ ਉੱਥੇ ਕੁਝ ਔੜੀ ਸੁੱਝੀ ਨਹੀਂ ਕਿ ਮੈਂ ਉੱਥੇ ਜਾ ਕੇ ਕਰਾਂ ਅਤੇ ਕਹਾਂ ਕੀ। ਫਿਰ ਉਹ ਮੈਨੂੰ ਜਾ ਕੇ ਕਹਿਣ ਲੱਗੀ ਕਿ ਤੁਸੀਂ ਗੱਲ ਕਰਨਾ ਹੈ ਜੇ ਗੱਲ ਕਰੋ ਬਹੁ। ਮੈਂ ਉੱਥੇ ਜਦੋਂ ਗਿਆ ਵਾਂ, ਆਹ ਵੇਖਿਓ ਜੀ, ਇਹਦੇ ਵਿੱਚ ਨਾ ਕੈਮਰੇ ਦੇ ਵਿੱਚ ਇੱਕ ਜਨਾਨੀ ਆ ਰਹੀ ਆ ਜੀ, ਆਹ ਮੇਰੇ ਨਾਲ ਬੋਲ ਰਹੀ ਆ, ਗੱਲ ਕਰ ਰਹੀ ਆ। ਜਿਹੜੀ ਆਹ ਜਨਾਨੀ ਆ ਨਾ ਜੀ, ਜਿਹੜੀ ਨਾਲ ਮੀਰਾਂ ਜੀ, ਇਹਨੇ ਉਹਦੇ ਕੋਲੋਂ ਆਹ ਵੇਖਿਓ ਜੀ, ਇਹਦੇ ਵਿੱਚ ਫੋਟੋ ਨਾਲ ਆ ਜੀ ਰਜਿਸਟਰੀ ਦੇ, ਇਹਨੇ ਪੈਸੇ ਵੀ ਲਾਇਆ ਉਸ ਸਮੇਂ ਜੀ। ਪੈਸੇ ਲੈਣ ਤੋਂ ਬਾਅਦ ਫਿਰ ਉਹ ਉਹਦੇ ਵਿੱਚ ਬੈਠੀ ਆ ਅਤੇ ਬਲੈਕਮੇਲ ਕਰ ਰਹੀ ਆ। ਇਹ ਆ ਲੜਕੀ ਜੀ, ਉਹ ਲਾਗੇ ਜਿਹੜੀ ਬੈਠੀ ਆ ਜੀ, ਆਹ ਫੋਟੋ ਦੇ ਵਿੱਚ ਜੀ। ਜਿਸ ਤਰ੍ਹਾਂ ਤੁਹਾਡੀ ਵੀਡੀਓ ਵਾਇਰਲ ਕੀਤੀ ਗਈ ਆ, ਤੁਸੀਂ ਫਿਰ ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਇਹ ਬਿਲਕੁਲ ਮੰਗ ਕਰਦਾ ਪ੍ਰਸ਼ਾਸਨ ਕੋਲੋਂ ਕਿ ਇਹਦੀ ਸੱਚਾਈ ਸਾਹਮਣੇ ਕੀਤੀ ਜਾਵੇ ਜੀ। ਮੇਰੇ ਖਿਲਾਫ਼ ਇਹ ਜਿਹੜੀ ਆ ਸਾਡੀ ਬੇਇੱਜ਼ਤੀ ਕਰ ਰਹੀ ਆ, ਇਹਦੇ ਵਿੱਚ ਕਸ਼ਮੀਰ ਸਿੰਘ ਭੋਲਾ ਮੇਰਾ ਛੋਟਾ ਭਾਈ ਆ ਜੀ, ਉਹਨਾਂ ਦਾ MLA ਸਾਹਿਬ ਨਾਲ, ਡਾਕਟਰ ਧਰਮਵੀਰ ਜੀ ਨਾਲ ਪਿਆਰ ਆ। ਇਹ ਲੋਕ ਜਿਹੜੇ ਕਹਿ ਰਹੇ ਆ ਕਿ ਇਹਨਾਂ ਨੇ EO ਤੋਂ ਕਹਿ ਕੇ ਕਰਵਾਇਆ ਵਾ, EO ਤਾਂ ਹੁਣ ਆਇਆ ਹੋਏਗਾ ਜੀ 2-4-6 ਮਹੀਨੇ ਤੋਂ, ਇਹ ਤਾਂ ਰਜਿਸਟਰੀ ਹੋਈ ਆ ਜੀ, ਕੋਈ 7-8 ਸਾਲ ਪਹਿਲਾਂ ਦੀ ਹੋਈ ਆ। ਉਦੋਂ ਤਾਂ ਨਾ ਇੱਥੇ MLA ਸਾਹਿਬ ਡਾਕਟਰ ਧਰਮਵੀਰ ਸੀ, ਨਾ ਉਦੋਂ EO ਸੀ ਇਸ ਸਮੇਂ ਜੀ। ਉਦੋਂ ਜਦੋਂ ਰਜਿਸਟਰੀ ਹੋਈ ਆ, ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜੀ। ਪਰ ਜਿਹੜਾ ਹੁਣ ਤੁਸੀਂ ਇੰਨੇ ਸਮਾਂ ਕੋਈ ਕਿਉਂ ਜਗ੍ਹਾ ਰੋਕੀ ਰੱਖੀ, ਕੀ ਗੱਲਬਾਤ ਹੋਈ? ਨਹੀਂ ਜੀ, ਕੋਈ ਜਗ੍ਹਾ ਰੋਕੀ ਨਹੀਂ ਜੀ, ਉੱਥੇ ਕਾਲਬ ਕੀਤਾ ਗਿਆ ਵਾ, ਕਾਲਬ ਕਰਕੇ ਅਗਲੇ ਦਿਨ ਲੈਂਟਰ ਪਾਇਆ ਗਿਆ ਵਾ। ਇਹ ਤਾਂ ਬਿਲਕੁਲ ਪਰੇਸ਼ਾਨ ਪਲਵਿੰਦਰ ਸਿੰਘ ਨੂੰ ਕਰ ਰਹੇ ਆ। ਪਲਵਿੰਦਰ ਸਿੰਘ ਨੇ ਸਹੀ ਰਜਿਸਟਰੀ ਵੇਖ ਕੇ ਅਗਲੀ ਰਜਿਸਟਰੀ ਆਪਣੀ ਕਰਾਈ ਹੈ ਜੀ। ਉਹ ਜਿਹੜੀ ਜਗ੍ਹਾ ਜਿਹੜੀ ਉਹ ਪਲਵਿੰਦਰ ਸਿੰਘ ਆਪਦੀ ਕਾਰਵਾਈ ਕਰੇਗਾ ਜੀ। ਸਰ, ਇੱਕ ਜਿਹੜੀ ਤੁਹਾਡੀ ਵੀਡੀਓ ਵਾਇਰਲ ਕਰਕੇ ਤੁਹਾਡਾ ਬਦਨਾਮੀ ਕੀਤੀ ਜਾ ਰਹੀ, ਉਹਨਾਂ ਖਿਲਾਫ਼ ਤੁਸੀਂ ਕੀ ਕਾਰਵਾਈ ਕਰੋਗੇ? ਬਿਲਕੁਲ ਜੀ, ਉਹਨਾਂ ਖਿਲਾਫ਼ ਅਸੀਂ ਉਹ ਕਲੀਅਰ ਕਰਕੇ ਆਉਣ ਵਾਲੇ ਸਮੇਂ ਇਹ ਜ਼ਰੂਰ ਕਰਾਂਗੇ ਜੀ। ਇਹਦੇ ਨਾਲ ਤੁਸੀਂ ਇਹ ਵੀ ਦੇਖ ਸਕਦੇ ਤਸਵੀਰਾਂ ਜਿਹੜੀਆਂ ਕਿ ਜੋ ਦੁਕਾਨ ਜਿਹੜੀ ਆ ਬਣਾ ਰਹੇ ਨੇ ਉਹ ਨੇ ਠੇਕੇਦਾਰ, ਇਹ ਨੇ ਉੱਥੋਂ ਦੇ ਠੇਕੇਦਾਰ। ਜਦੋਂ ਕਿ ਉਹਨਾਂ ਦੀਆਂ ਇਹ ਦੁਕਾਨਾਂ ਬਣਾਈਆਂ ਜਾ ਰਹੀਆਂ ਸੀ, ਤਾਂ ਇਹਨਾਂ ਨੂੰ ਵੀ ਦੱਸਣ ਦੇ ਮੁਤਾਬਕ ਇਹਨਾਂ ਦੇ ਕਿ ਉਹਨਾਂ ਨੂੰ ਵੀ ਜਿਹੜਾ ਕਿ ਡਰਾਇਆ ਧਮਕਾਇਆ ਗਿਆ। ਸਰਜੀਤ ਸਿੰਘ ਠੇਕੇਦਾਰ ਭਾਈ, ਜਿਹੜੀ ਇਹ ਜਗ੍ਹਾ ਤੁਸੀਂ ਹਸਪਤਾਲ ਦੇ ਲਾਗੇ ਬਣਾ ਰਹੇ ਜੋ, ਹਾਂਜੀ, ਬਣਾ ਰਹੇ, ਕਹਿੰਦੇ ਕਹਿੰਦੇ ਭਾਈ ਪਲਵਿੰਦਰ ਸਿੰਘ ਨੇ ਠੇਕਾ ਦਿੱਤਾ ਹੈ ਸਾਨੂੰ ਜੀ, ਉਹ ਕਹਿੰਦੇ ਇਹ ਦੁਕਾਨਾਂ ਬਣਾ ਦਿਓ ਸਾਡੀਆਂ, ਅਤੇ ਦੁਕਾਨਾਂ ਬਣਾਉਣੀਆਂ ਸ਼ੁਰੂ ਕਰ ਦਿੰਦੀਆਂ ਜੀ ਉਹਨਾਂ ਦੀਆਂ। 2-3 ਦਿਨ ਬਾਅਦ 2 ਬੰਦੇ ਆਏ ਆ ਜੀ, ਕਹਿੰਦੇ ਵੀ ਤੁਹਾਨੂੰ ਕਿੰਨੇ ਇੱਥੇ ਲਾਇਆ? ਅਸੀਂ ਉਹਨਾਂ ਨੂੰ ਕਿਹਾ ਵੀ ਪਰਵਿੰਦਰ ਸਿੰਘ ਨੇ ਜੀ, ਅਤੇ ਉਹਨਾਂ ਆਵਾਜ਼ ਮਾਰ ਕੇ ਗੱਡੀ 'ਚ ਬਿਠਾ ਲਿਆ, ਕਹਿੰਦੇ ਵੀ ਸਾਨੂੰ ਚਾਹੇ ਤਾਂ ਇੱਕ ਦੁਕਾਨ ਦਿਓ ਅਤੇ ਨਹੀਂ ਤਾਂ ਕੰਮ ਬੰਦ ਕਰੋ। ਮੈਂ ਮਹਾਰਾਜ ਦੀ ਸਹੁੰ ਖਾ ਕੇ ਕਹਿੰਦਾ, ਉਹਨਾਂ ਇਹ ਗੱਲ ਆਖੀ ਵੀ ਚਾਹੇ ਤਾਂ ਦੁਕਾਨਾਂ ਬੰਦ ਕਰਾਵਾਂਗੇ ਅਤੇ ਚਾਹੇ ਦੁਕਾਨ ਸਾਨੂੰ ਇੱਕ ਦਿਓ। ਅਤੇ ਮੈਂ ਉਹਨਾਂ ਨੂੰ ਆਖਿਆ ਭਾਈ ਤੁਹਾਨੂੰ ਸੋਚ ਕੇ ਦੱਸ ਦਾਂਗੇ। ਫਿਰ ਉਹਨਾਂ 3 ਵਜੇ ਫੋਨ ਕੀਤਾ ਮੈਨੂੰ ਵੀ ਪਰਵਿੰਦਰ ਸਿੰਘ ਨਾਲ ਹੋਈ ਗੱਲ, ਮਾਂ ਸਰ ਉਹਨਾਂ ਨਾਲ ਗੱਲ ਨਹੀਂ ਹੋਈ। ਪਰ ਤੁਸੀਂ ਇੱਕ ਠੇਕੇਦਾਰ ਜੋ ਕੰਮ ਕਰਦੇ ਜੋ, ਹਾਂਜੀ, ਤੁਸੀਂ ਲੱਗਦਾ ਕਿ ਤੁਹਾਨੂੰ ਇਸ ਤਰ੍ਹਾਂ ਕਿ ਧਮਕਾਇਆ ਗਿਆ ਹੋਵੇ? ਭਾਈ ਧਮਕਾਇਆ ਗਿਆ, ਉਹਦੇ ਤੁਹਾਨੂੰ ਆਖਿਆ ਤੁਸੀਂ ਕਿਹਨੂੰ ਪੁੱਛ ਕੇ ਲੱਗੇ ਜੀ? ਹਾਂਜੀ, ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਮੰਗ ਕਰਦੇ ਵੀ ਇਨਸਾਫ਼ ਹੋਵੇ ਭਾਜੀ, ਅਸੀਂ ਇੱਕ ਮਜ਼ਦੂਰ ਬੰਦੇ, ਸਾਨੂੰ ਦਾਬੇ ਮਾਰਦੇ। ਤੁਹਾਨੂੰ ਡਰ ਲੱਗ ਰਿਹਾ? ਤੁਹਾਨੂੰ ਹਜੇ ਵੀ ਸਾਨੂੰ ਡਰ ਲੱਗ ਰਿਹਾ ਭਾਜੀ। ਜੇ ਤੁਸੀਂ ਜਗ੍ਹਾ ਬਣਾਉਣ ਜਾਓਗੇ ਤੁਹਾਨੂੰ ਫਿਰ ਲੱਗਦਾ ਵੀ ਉਸ ਫਿਰ ਕੋਈ ਤੁਹਾਡੇ ਨਾਲ ਕੁਛ ਕਰਨਗੇ? ਭਾਜੀ ਆਉਂਦੇ ਹੀ ਆ, ਕਰਦੇ ਹੀ ਆ, ਕਿਉਂ ਤੁਸੀਂ ਬਣਾਉਣ ਡੇ ਜੇ? ਇਹ ਨੇ ਦੁਕਾਨ ਜਿਹੜੇ ਦੁਕਾਨਾਂ ਉੱਥੇ ਕਰਦੇ ਨੇ, 15 ਨੰਬਰ ਔਰ 16 ਨੰਬਰ ਇਹਨਾਂ ਦੀਆਂ ਦੁਕਾਨਾਂ ਨੇ, ਇਹ ਉੱਥੋਂ ਦੇ ਰਹਿਣ ਵਾਲੇ ਨੇ। ਇਹਨਾਂ ਦਾ ਮੰਨਣਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਿਹੜੀ ਇਹ ਮਹਿਲਾ ਵਾ ਉਹ ਕਾਬਜ਼ ਹੁਣ ਫਿਰਦੀ ਕਾਬਜ਼ ਕੀਤਾ ਜਾ ਰਿਹਾ ਵਾ। ਇਸ ਦੇ ਨਾਲ ਨਾਲ ਉਹ ਦੇਖ ਸਕਦੇ ਜੋ ਕਿ ਪਲਵਿੰਦਰ ਸਿੰਘ ਜਿਨ੍ਹਾਂ ਦੇ ਕੋਲ ਰਜਿਸਟਰੀਆਂ ਨੇ, ਖੁਦ ਰਜਿਸਟਰੀਆਂ ਉਹਨਾਂ ਨੇ ਦਿਖਾਈਆਂ, ਉਹਨਾਂ ਸਾਰੀ ਗੱਲਬਾਤ ਦੱਸੀ ਔਰ ਉਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੀ ਇਹ ਰਜਿਸਟਰੀਆਂ ਹੋਈਆਂ ਨੇ ਤਾਂ ਸਾਰੇ ਸਬੂਤ ਮੁਤਾਬਕ, ਔਰ ਇਸ ਦੇ ਸਾਰੇ ਸਬੂਤ ਵੀ ਉਹਨਾਂ ਦੇ ਕੋਲ ਹਾਜ਼ਰ ਨੇ, ਔਰ ਇਹ ਸਬੂਤਾਂ ਦੇ ਆਧਾਰ ਉੱਪਰ ਹੀ ਸਾਰਾ ਕੁਝ ਜਿਹੜਾ ਵਾ ਵੇਖਣ ਨੂੰ ਮਿਲ ਰਿਹਾ ਹੈ। ਜਦ ਅਸੀਂ ਵੀ ਇਸ ਸੰਬੰਧੀ ਜਦ ਇਸ ਵਿਵਾਦ ਨੂੰ ਵੇਖਿਆ ਤਾਂ ਗਿਆ ਅਤੇ ਇਸ ਸੰਬੰਧੀ ਅਸੀਂ ਵੀ ਤਰਨ ਤਾਰਨ ਦੇ ਨਗਰ ਕੌਂਸਲ, ਕਿਉਂਕਿ ਨਗਰ ਕੌਂਸਲ ਇੱਕ ਸ਼ਹਿਰ ਦਾ ਬਹੁਤ ਵੱਡਾ ਇੱਕ ਅਦਾਰਾ ਹੈ, ਔਰ ਨਗਰ ਕੌਂਸਲ ਦੇ ਜਿਹੜੇ ਅਫਸਰ ਸਾਹਿਬਾਨਾਂ ਨੇ ਵੀ ਦੱਸਿਆ ਕਿ ਰਜਿਸਟਰੀ ਵੇਖ ਕੇ ਹੀ ਸਾਰਾ ਕੁਛ ਜਿਹੜਾ ਵਾ ਅਸੀਂ ਉਹਨੇ ਰਸੀਦਾਂ ਕੱਟੀਆਂ ਨੇ, ਅਤੇ ਬਿਲਕੁਲ ਜਿਹੜਾ ਵੇਖਣ ਨੂੰ ਮਿਲ ਰਿਹਾ ਕਿ ਇਹ ਕੰਮ ਸਾਰਾ ਉਹਨਾਂ ਦੇ ਮੁਤਾਬਕ ਸਹੀ ਹੈ। ਅਗਰ ਉਹਨਾਂ ਨੇ ਦੱਸਿਆ ਕਿਤੇ ਕਿਸੇ ਤਰ੍ਹਾਂ ਦਾ ਕੋਈ ਗਲਤ ਹੋਇਆ ਤਾਂ ਜੋ ਕਾਰਵਾਈ ਬਣਦੀ ਹੈ ਉਹ ਵੀ ਕੀਤੀ ਜਾਵੇਗੀ। ਬਾਈਪਾਸ ਜਿਹੜੇ ਫਾਟਕ ਵਾ ਉਹਦੇ ਲਾਗੇ ਦੋ ਦੁਕਾਨਾਂ ਦੀ ਉਸਾਰੀ ਜਿਹੜੀ ਆ ਕੁੜੀ ਦੇ ਮੁਤਾਬਕ ਇਹ ਨਜਾਇਜ਼ ਜਵਾਬ, ਕੋਈ ਇਹਦੀ ਰਜਿਸਟਰੀ ਨਹੀਂ, ਕੁਛ ਨਹੀਂ। ਅਤੇ ਨਗਰ ਕੌਂਸਲ ਦੇ ਅਧਿਕਾਰੀ ਇਹਦੇ ਨਾਲ ਉਹ ਕਹਿੰਦੇ ਕਿ ਮਿਲੇ ਹੋਏ ਨੇ, ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਹੁਣ ਜਗ੍ਹਾ ਜਿਹੜੀ ਉਹ ਮੰਨੋ ਬੰਦ ਹੋ ਗਈ ਹੈ। ਸਰ, ਇਹ ਕੀ ਮਾਮਲਾ? ਸਰ,
देखो सानू नहीं किसी बारे कोई नॉलेज हैगी कि कोई लेडी की जगह आवाज की हैगी है। साढ़े को एक रजिस्ट्री जस्ट पेश हुई सी, वो भी ऑनलाइन पोर्टल च पेश हुई सी, जिदे नक्शा पास करने लिए एप्लीकेशन आई थी 2014 की रजिस्ट्री हुई हुई है उस जगह की। वो एप्लीकेशन आई सी, नक्शा पास किया एज पर नॉर्म किया गया, वो कोई गलत नहीं है। बाकी जे पर जी किसी की जायदाद हैगी है तो वो अपना क्लेम करके अपना राइट ले सकता, वो किसी को कोई हर्ज नहीं होंगे। देखो साढ़े म्यूनसिपल कमेटी वालों तो कदम कोई ऑब्जेक्शन का कोई सर्टिफिकेट नहीं इशू होया, वो तो किसी पुलिस का ज आपसी उन्हों का रौला जगह का होएगा तो वो आपे पार्टी प्रूव करेगी कि भी उन्होंने जगह है कि है, ये तो जगह का मसला वा, ये साड़ी कमेटी का कोई कसर नहीं है, कमेटी की कोई जायदाद नहीं है जिसे अं कोई उत्तर ऑब्जेक्शन ला सकते हुई है। देखो साढ़े को रिकॉर्ड बेसिस से ही गल हो सकती है कि रिकॉर्ड जो हाले तक है एक एप्लीकेशन वीडियो आई सी सानू, तो असं उन्होंने क्या ही कि जो ताड़ी हैगी तो तुम यदि निशानदेही करवा लो, जे जगह ताड़ी है तो वो निशानदेही करवा के तो सानू रजिस्ट्री कैंसल करके कर दो, असं वो नक्शा कैंसल कर देंगे। पर अज की तरीक तक उन्होंने कोई कार्रवाई हुई नहीं गी ना, तो सानू कोई दोबारा वह नोटिस का जवाब ही आया वा। हाँ जी हाँ जी बिल्कुल, जो भी होएगा फिर तो वो अगेंस्ट एक्शन होएगा जो अप्रूव हो गए इतनी साढ़े को। हाले तक जी वीडियो ने जवाब देता है कि वीडियो ने कहा कि पंचायत समिति की जगह हैगी है, तो असं उदू क्या ही सानू रिकॉर्ड पेश किया जाए वो निशानदेही लैके कि ये जगह बंद है तो वो रजिस्ट्री कैंसल हो जाएगी, जब रजिस्ट्री कैंसल हो जाएगी तो साढ़े को ऑटोमैटिकली नक्शा भी कैंसल हो जाएगा, कार्रवाई तो जो नक्शा कैंसल हो गया तो ऑटोमैटिकली हटानी पेगी। पर इस दे मुताबिक जिस तरह वीडियो वायरल हुई है, वीडियो वायरल करने वो जिन्होंने की है उन्हां उत्ते जिहड़ा कार्रवाई वह करनगे, बलविंदर सिंह भी करनगे, उस दे नाल ठेकेदार भी करनगे, तो जो दुकाना कर रहे ने वह भी कार्रवाई जरूर करनगे। हुण देखना होएगा कि किन्नी जल्दी ये विवाद खत्म हो पाता है। विजय कुमार, डी फिल्म चैनल पंजाबी, तरन तारण।